ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਕਾਰਯੋਗ ਸਾਧ ਸੰਗਤ ਜੀਓ ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਪ੍ਰਸ਼ਾਦ ਦੀ ਮਹਿਮਾ ਅ ਪਰੰਪਾਰ ਹੈ ਇਸ ਕਰਕੇ ਗੁਰੂ ਕਿਰਪਾ ਦੁਆਰਾ ਬਖਸ਼ਿਸ਼ ਹੋਇਆ ਅਨਮੋਲ ਅੰਮ੍ਰਿਤ ਭੋਜਨ ਇਹ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ ਜੇ ਇਸ ਅਬਲਾਸ਼ੀ ਦੇ ਚੰਗੇ ਭਾਗ ਹੋਣ ਤੇ ਚੰਗੇ ਭਾਗਾ ਕਰਕੇ ਇਹ ਪ੍ਰਸ਼ਾਦ ਉਸ ਨੂੰ ਬਖਸ਼ਿਸ਼ ਦੇ ਰੂਪ ਦੇ ਵਿੱਚ ਮਿਲਦਾ ਹੈਗਾ ਜਿੱਥੇ ਇਹ ਪ੍ਰਸ਼ਾਦ ਉਸ ਅਧਿਕਾਰੀ ਦੇ ਨੇਕਾਂ ਦੁੱਖਾਂ ਤਕਲੀਫਾਂ ਤੇ ਕਸ਼ਟਾਂ ਨੂੰ ਦੂਰ ਕਰਦਾ ਉਥੇ ਉਹਦਾ ਲੋਕ ਪਰਲੋਕ ਵੀ ਸਵਾਰ ਦਿੰਦਾ ਹੈਗਾ ਆਪਾਂ ਕਈ ਵਾਰ ਦੇਖਦੇ ਆ ਕਿ ਕਈ ਸੁਪ੍ਰਾਣੀ ਐਸੇ ਹੁੰਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਇੱਕ ਇਹ ਸ਼ੰਸ਼ਾ ਭਰਮਜਾ ਬਣ ਜਾਂਦਾ ਕਿ ਅਗਰ ਅਸੀਂ ਪ੍ਰਸ਼ਾਦ ਜ਼ਿਆਦਾ ਲਵਾਂਗੇ ਤਾਂ ਫੇਰ ਸਾਡੇ ਉੱਤੇ ਭਾਰ ਚੜਦਾ ਹੈ ਅਸਲ ਦੇ ਵਿੱਚ ਇਹ ਜਿਹੜੇ ਵਿਅਕਤੀ ਹੈ ਆਪਣੇ ਜੀਵਨ ਦੀ ਗਲਤ ਫਹਮੀ ਵਿੱਚ ਜਿਉਂਦੇ ਆ ਕਿਉਂਕਿ ਪ੍ਰਸ਼ਾਦ ਇੱਕ ਬਖਸ਼ਿਸ਼ ਹੈ ਇਸ ਕਰਕੇ ਜਿਹੜੀ ਬਖਸ਼ਿਸ਼ ਗੁਰੂ ਵੱਲੋਂ ਪ੍ਰਾਪਤ ਹੋਵੇ ਉਸ ਬਖਸ਼ ਨੂੰ ਠਕਰਾ ਦੇਣਾ ਇਹ ਉਹਨਾਂ ਦੇ ਫਿਰ ਮਾੜੇ ਭਾਗ ਹੁੰਦੇ ਆ ਦੇਖੋ ਜਿੱਥੇ ਪ੍ਰਸ਼ਾਦ ਬਖਸ਼ਿਸ਼ ਦੇ ਰੂਪ ਵਿੱਚ ਉਸ ਅਧਿਕਾਰੀ ਦੇ ਦੁੱਖ ਤਕਲੀਫ ਬਿਮਾਰੀਆਂ ਦੂਰ ਕਰਦਾ ਹੈਗਾ ਉੱਥੇ ਉਸ ਅਧਿਕਾਰੀ ਦੇ ਉੱਤੇ ਬਖਸ਼ਿਸ਼ ਦੇ ਰੂਪ ਵਿੱਚ ਉਹਦਾ ਲੋਕ ਪਰ ਲੋਕ ਸਵਾਰ ਕੇ ਉਹਨੂੰ ਇੱਕ ਉੱਤਮ ਪੁਰਸ਼ ਇੱਕ ਉੱਤਮ ਦੇਵਤਾ ਇੱਥੋਂ ਤੱਕ ਵਾਈਗਰੂ ਦਾ ਰੂਪ ਵੀ ਬਣਾ ਦਿੰਦਾ ਹੈਗਾ ਪਰ ਕਈ ਵਾਰੀ ਆਪਾਂ ਇਹ ਵੀ ਦੇਖਦੇ ਆਂ ਜਿਹੜੇ ਦਿਮਾਲੇ ਬੰਨਣ ਵਾਲੇ ਸਿੰਘਵਾ ਉਹਨਾਂ ਨੂੰ ਇਹ ਬਖਸ਼ਿਸ਼ ਦੋਰੇ ਗਫੇ ਦੇ ਰੂਪ ਦੇ ਵਿੱਚ ਪ੍ਰਾਪਤ ਹੁੰਦਾ ਹੈ ਇੱਕ ਤਾਂ ਉਸ ਪ੍ਰਾਣੀ ਨੂੰ ਉਸ ਦਾ ਆਪਣਾ ਹਿੱਸਾ ਬਖਸ਼ਿਸ਼ ਦੇ ਰੂਪ ਵਿੱਚ ਮਿਲਦਾ ਹੈ। ਦੂਸਰਾ ਦਮਾਲੇ ਵਾਸਤੇ ਜੋ ਗੱਫਾ ਸਪੈਸ਼ਲ ਹੈ ਉਹ ਵੀ ਉਸ ਪ੍ਰਾਣੀ ਨੂੰ ਭੇਟਾ ਦੇ ਰੂਪ ਵਿੱਚ ਦਿੱਤਾ ਜਾਂਦਾ ਹੈਗਾ। ਇਸ ਕਰਕੇ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਕਿ ਜਦੋਂ ਪ੍ਰਸ਼ਾਦ ਮਿਲੇ ਘੱਟੋ-ਘੱਟ ਉਹਦਾ ਇੱਕ ਕਿਣਕਾ ਆਪਣੇ ਮੂੰਹ ਦੇ ਵਿੱਚ ਰਸਨਾ ਦੇ ਵਿੱਚ ਜ਼ਰੂਰ ਰੱਖੋ। ਕਿਉਂਕਿ ਕਈ ਵਾਰੀ ਅਸੀਂ ਮਨ 'ਚ ਸੋਚ ਲੈਂਦੇ ਆ ਕਿ ਇਹ ਪ੍ਰਸ਼ਾਦ ਅਸੀਂ ਸੁੱਚਮ ਰੱਖ ਕੇ ਫਿਰ ਘਰ ਜਾ ਕੇ ਛਕਾਂਗੇ ਪਰ ਪ੍ਰਾਣੀ ਇਹ ਨਹੀਂ ਜਾਣਦਾ ਕਿ ਕੀ ਅਗਲਾ ਪਲ ਉਹਦੇ ਵਾਸਤੇ ਆਏਗਾ ਜਾਂ ਨਹੀਂ ਆਏਗਾ। ਹੋ ਸਕਦਾ ਹੈ ਕਿ ਜਿਹੜੇ ਟਾਈਮ ਇਸ ਸਰੀਰ ਦੇ ਵਿੱਚੋਂ ਪੰਜ ਭੂਤ ਕਰੂ ਅਲੱਗ ਹੋ ਜਵੇ ਫਿਰ ਉਹ ਇਸ ਪ੍ਰਸ਼ਾਦ ਦੇ ਗੱਫੇ ਤੋਂ ਕਿਣਕੇ ਤੋਂ ਸਖਣਾ ਰਹਿ ਜਾਂਦਾ ਹੈ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜਦ ਵੀ ਪ੍ਰਸ਼ਾਦ ਮਿਲੇ ਇੱਕ ਕਿਣਕਾ ਮਾਤਰਾ ਆਪਣੇ ਮੂੰਹ ਦੇ ਵਿੱਚ ਜ਼ਰੂਰ ਪਾਓ ਇਸ ਦੇ ਪਾਉਣ ਦੇ ਨਾਲ ਤਾਂ ਜਿਹੜੀ ਬਖਸ਼ਿਸ਼ ਹੈਗੀ ਆ ਉਹਦੀ ਕਿਰਪਾ ਸਾਡੇ ਤੇ ਹਮੇਸ਼ਾ ਬਣੀ ਰਹੇ ਸੋ ਦਾਸ ਅੱਜ ਇਸੇ ਹੀ ਸੰਦਰਭ ਦੇ ਵਿੱਚ ਇੱਕ ਮਹਾਂਪੁਰਖਾਂ ਦੇ ਜੀਵਨ ਦੀ ਇੱਕ ਐਸੀ ਬਜਿੱਤਰ ਘਟਨਾ ਜਿਸ ਦੇ ਨਾਲ ਉਹਨਾਂ ਦਾ ਜਿਹੜਾ ਪ੍ਰਸ਼ਾਸਨ ਸੀਗਾ ਉਹ ਕਿਵੇਂ ਉਹਨਾਂ ਦੀ ਗੱਠੜੀ ਦੇ ਵਿੱਚੋਂ ਲੋਕ ਹੋ ਗਿਆ ਇਸ ਦੀ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਮਹਾਤਮਾ ਦੱਸਦੇ ਆ ਕਿ ਇੱਕ ਵਾਰ ਅਸੀਂ ਕਿਤੇ ਜਾ ਰਹੇ ਸੀ ਰਸਤੇ ਦੇ ਵਿੱਚ ਹਨ ਅਸੀਂ ਇੱਕ ਜਗ੍ਹਾ ਸਤ ਸੰਗਤ ਦੇ ਵਿੱਚ ਪ੍ਰਸ਼ਾਦ ਪ੍ਰਾਪਤ ਕੀਤਾ ਜਦੋਂ ਕਿ ਅਸੀਂ ਪ੍ਰਸ਼ਾਦ ਬਖਸ਼ਿਸ਼ ਦੇ ਰੂਪ ਵਿੱਚ ਲਿਆ ਤੇ ਮਨ ਦੇ ਵਿੱਚ ਇਹ ਫੁਰਨਾ ਆ ਗਿਆ ਇਹ ਇੱਕ ਖਿਆਲ ਆ ਗਿਆ ਕਿ ਇਹ ਪ੍ਰਸ਼ਾਦ ਅਸੀਂ ਸੁਚਮ ਰੱਖ ਲੈਨੇ ਆ ਤੇ ਜਾ ਕੇ ਆਪਣੇ ਮਹਾਤਮਾ ਗੁਰਦੇਵ ਜੀ ਨੂੰ ਭੇਟਾ ਕਰ ਦਿੰਨੇ ਆ ਕਿੰਨੇ ਜਦੋਂ ਸਾਡੇ ਮਨ ਦੇ ਬੱਚੇ ਖਿਆਲ ਆਇਆ ਅਸੀਂ ਉਸੇ ਟਾਈਮ ਆਪਣੇ ਇੱਕ ਕੱਪੜੇ ਦੀ ਗੰਢ ਜਿਸ ਨੂੰ ਪੰਡਤਾਣੀ ਗੰਢ ਆਖਦੇ ਆ ਉਹਦੇ ਵਿੱਚ ਬੰਨ੍ਹ ਦਿੱਤਾ ਇਹ ਗੰਢ ਐਸੀ ਹੁੰਦੀ ਆ ਕਿ ਜਿਨ੍ਹਾਂ ਵਿਦਵਾਨਾਂ ਨੂੰ ਇਹ ਗੰਢ ਆਉਂਦੀ ਆ ਇਸ ਨੂੰ ਖੋਲਣਾ ਬੜਾ ਮੁਸ਼ਕਲ ਹੁੰਦਾ ਹੈ ਆਮ ਸਧਾਰਨ ਲੋਕੀ ਇਸ ਗੰਢ ਨੂੰ ਖੋਲ ਨਹੀਂ ਸਕਦੇ ਇਸ ਕਰਕੇ ਇਹ ਗੰਢ ਉਹਨਾਂ ਨੂੰ ਹੀ ਦਿੱਤੀ ਜਾਂਦੀ ਆ ਜਾਂ ਸਿਖਾਈ ਜਾਂਦੀ ਆ ਜਿਹੜੇ ਇਸ ਦੇ ਅਧਿਕਾਰੀ ਹੁੰਦੇ ਆ ਕਹਿੰਦੇ ਅਸੀਂ ਉਹ ਹੀ ਗੰਢ ਹਨਾ ਕੱਪੜੇ ਦੇ ਨਾਲ ਬਨ ਕੇ ਪ੍ਰਸ਼ਾਦ ਵਿੱਚ ਰੱਖ ਕੇ ਤੇ ਗੰਢ ਜਿਹੜੀ ਸੀ ਉੱਪਰ ਦੀ ਬੰਨ ਦਿੱਤੀ ਤੇ ਘਰ ਨੂੰ ਤੁਰ ਪਏ। ਜਦ ਕਹਿੰਦੇ ਅਸੀਂ ਉਸ ਗੰਢ ਦੇ ਵਿੱਚ ਪ੍ਰਸ਼ਾਦ ਰੱਖ ਕੇ ਅਗਲੇ ਬਾਅਦ ਜੋ ਉਸ ਸਥਾਨ ਦਾ ਬਾਗੀਚਾ ਸੀਗਾ ਜਦ ਉਹਦੇ ਵਿੱਚ ਆਏ ਆ ਤੇ ਕਹਿੰਦੇ ਵੀ ਅਸੀਂ ਘੁੰਮਦੇ ਘੁੰਮਦੇ ਕੀ ਦੇਖਿਆ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਸਾਡੇ ਕੱਪੜੇ ਦੀ ਗੰਢ ਹਲਕੀ ਹੋ ਗਈ ਹੋਵੇ। ਕਹਿੰਦੇ ਵੀ ਅਸੀਂ ਮਨ ਦੇ ਵਿੱਚ ਖਿਆਲ ਕੀਤਾ ਵੀ ਕੱਪੜਾ ਹਲਕਾ ਲੱਗਦਾ ਦੇਖੀਏ ਕੀ ਗੱਲ ਆ। ਜਾਦ ਕਿੰਦੇ ਵੀ ਅਸੀਂ ਕਪੜੇ ਬਲ ਨਿਗਮ ਮਾਰੀ ਗੰਢ ਤਾਂ ਉਸੇ ਤਰ੍ਹਾਂ ਬੰਨੀ ਸੀ ਪਰ ਵਿੱਚ ਪ੍ਰਸ਼ਾਦ ਗਾਇਬ ਸੀਗਾ ਪੂਰੇ ਦਾ ਪੂਰਾ ਪ੍ਰਸ਼ਾਦ ਵਿੱਚ ਹੈ ਨਹੀਂ ਸੀਗਾ ਕਹਿੰਦੇ ਅਸੀਂ ਇਹ ਦੇਖ ਕੇ ਬੜੇ ਹੈਰਜ ਹੋਏ ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਕਿਸੇ ਦੇ ਕੋਲੋਂ ਇੱਕ ਲਾਈਟ ਲਈ ਮਨ ਵਿੱਚ ਇਹ ਆਇਆ ਵੀ ਹੋ ਸਕਦਾ ਪ੍ਰਸ਼ਾਦ ਇਹ ਗੰਢ ਦੇ ਵਿੱਚੋਂ ਡਿੱਗ ਪਿਆ ਹੋਵੇ ਪਰ ਹੈਰਾਨੀ ਦੀ ਗੱਲ ਇਹ ਸੀ ਵੀ ਇਸ ਗੰਢ ਨੂੰ ਤਾਂ ਦੂਸਰਾ ਕੋਈ ਖੋਲ ਨਹੀਂ ਸਕਦਾ ਗੰਢ ਤਾਂ ਜਿਉਂ ਦੀ ਤੂੰ ਹੀ ਬੱਝੀ ਆ ਪਰ ਵਿੱਚ ਪ੍ਰਸ਼ਾਦ ਗਾਇਬ ਹੈਗਾ ਕਹਿੰਦੇ ਫਿਰ ਵੀ ਅਸੀਂ ਆਪਣੇ ਮਨ ਦੀ ਤਸੱਲੀ ਵਾਸਤੇ ਟਾਰਚ ਲਈ ਟਾਰਚ ਲੈ ਕੇ ਪੂਰੇ ਬਗੀਚੇ ਦੇ ਵਿੱਚ ਟਾਰਚ ਮਾਰ-ਮਾਰ ਕੇ ਦੇਖਿਆ ਕਿ ਅਗਰ ਕਿਤੇ ਪ੍ਰਸ਼ਾਦ ਡਿੱਗਿਆ ਪਿਆ ਹੋਵੇ ਤਾਂ ਉਹਦਾ ਇੱਕ ਕਿਣਕਾ ਮਾਤਰਾ ਆਪਣੇ ਮੂੰਹ ਦੇ ਵਿੱਚ ਪਾ ਲਈਏ ਪਰ ਕਹਿੰਦੇ ਅਸੀਂ ਕਾਫੀ ਲੱਭਿਆ ਪਰ ਦੇਖਿਆ ਉੱਤੇ ਪ੍ਰਸ਼ਾਦ ਨਹੀਂ ਸੀ ਅਖੀਰ ਅਸੀਂ ਕਹਿੰਦੇ ਵੀ ਇਸੇ ਤਰ੍ਹਾਂ ਖਾਲੀ ਹੱਥ ਕਹਿੰਦੇ ਵੀ ਆਪਣੇ ਅਸਥਾਨ ਤੇ ਆਏ ਜਦ ਅਸਥਾਨ ਤੇ ਇਸ ਥਾਂ ਤੋਂ ਤੋਂ ਬਾਅਦ ਕਹਿੰਦੇ ਅਸੀਂ ਇਹ ਸਾਰੀ ਘਟਨਾ ਆਪਣੇ ਗੁਰਦੇਵ ਜੀ ਦੇ ਨਾਲ ਸਾਂਝੀ ਕੀਤੀ ਜਦੋਂ ਕਹਿੰਦੇ ਉਹਨਾਂ ਮਹਾਤਮਾ ਨਾਲ ਸਾਂਝੀ ਕੀਤੀ ਤਾਂ ਮਹਾਤਮਾ ਕਹਿਣ ਲੱਗੇ ਵੀ ਤੂੰ ਬੜੀ ਗਲਤੀ ਕਰ ਗਿਆ ਹੈ ਜਦੋਂ ਵੀ ਪ੍ਰਸ਼ਾਦ ਮਿਲਦਾ ਹੋਣਾ ਉਹਦਾ ਇੱਕ ਕਿਣਕਾ ਮਾਤਰਾ ਆਪਣੀ ਰਸਨਾ ਦੇ ਵਿੱਚ ਜ਼ਰੂਰ ਰੱਖ ਲੈਣਾ ਚਾਹੀਦਾ ਹੈ ਪਰ ਉਹ ਕਹਿਣ ਲੱਗੇ ਕਿ ਅਸੀਂ ਤਾਂ ਇਸ ਕਰਕੇ ਨਹੀਂ ਸੀ ਰੱਖਿਆ ਕਿ ਪ੍ਰਸ਼ਾਦ ਝੂਠਾ ਹੋ ਜਾਊਗਾ ਇਸ ਕਰਕੇ ਅਸੀਂ ਇਹ ਸੋਚਾ ਪ੍ਰਸ਼ਾਦ ਆਵਜੀ ਦੇ ਵਾਸਤੇ ਰੱਖਿਆ ਸੀ ਤੇ ਫਿਰ ਮਹਾਤਮਾ ਕਹਿਣ ਲੱਗੇ ਕਿ ਪ੍ਰਸ਼ਾਦ ਦਾ ਕਿਣਕਾ ਲੈਣ ਦੇ ਨਾਲ ਪ੍ਰਸ਼ਾਦ ਕਦੀ ਝੂਠਾ ਨਹੀਂ ਹੁੰਦਾ ਹੈ ਇਹ ਕਹਿੰਦੇ ਤੁਹਾਡੇ ਮਨ ਦਾ ਭਰਮ ਵਹਿਮ ਹੈਗਾ ਕਿ ਪ੍ਰਸ਼ਾਦ ਝੂਠਾ ਹੋ ਜਾਂਦਾ ਹੈ ਪ੍ਰਸ਼ਾਦ ਕਦੀ ਝੂਠਾ ਨਹੀਂ ਹੁੰਦਾ ਤੇ ਦੂਸਰੇ ਕਹਿੰਦੇ ਰਹੀ ਇਹ ਗੱਲ ਕਿ ਜਦੋਂ ਤੂੰ ਪ੍ਰਸ਼ਾਦ ਆਪਣੀ ਪੰਡਿਤ ਵਾਲੀ ਗੰਢ ਮਾਰ ਕੇ ਬੰਨਿਆ ਸਗਾ ਤੇ ਉਹਦੇ ਵਿੱਚੋਂ ਪ੍ਰਸ਼ਾਦ ਇਸ ਕਰਕੇ ਗਾਇਬ ਹੋਇਆ ਸਗਾ ਕਿ ਜਦੋਂ ਤੁਸੀਂ ਬਾਹਰ ਬਗੀਚੇ ਵਿੱਚ ਟਹਿਲਣ ਲੱਗੇ ਸਗੇ ਉਸ ਟਾਈਮ ਬਗੀਚੇ ਵਿੱਚ ਘੁੰਮ ਰਹੀਆਂ ਜਿਹੜੀਆਂ ਅਦ੍ਰਿਸ਼ ਸ਼ਕਤੀਆਂ ਸੀਗੀਆਂ ਉਹਨਾਂ ਨੇ ਇਹ ਪ੍ਰਸ਼ਾਦ ਜਿਹੜਾ ਹੈ ਨਾ ਉਹ ਢਾਡੀ ਗੰਢ ਦੇ ਵਿੱਚੋਂ ਖਿੱਚ ਲਿਆ ਸਗਾ ਤੇ ਉਹ ਆਪ ਹੀ ਛੱਗ ਗਈਆਂ ਸੀਗੀਆਂ ਜਿਸ ਕਰਕੇ ਇੱਕ ਵੀ ਕਣਕਾ ਢਾਡੀ ਕੱਪੜੇ ਦੇ ਵਿੱਚ ਉਹਨਾਂ ਨਹੀਂ ਛੱਡਿਆ ਹੈਗਾ ਸੋ ਕਹਿਣ ਤੋਂ ਭਾਵ ਇਹ ਆ ਕਿ ਕਹਿੰਦੇ ਵੀ ਅਸੀਂ ਜਦੋਂ ਇਹ ਸੁਣਿਆ ਵੀ ਕਿਵੇਂ ਦ੍ਰਿਸ਼ ਸ਼ਕਤੀਆਂ ਇਸ ਤਰ੍ਹਾਂ ਸੱਚਾ ਪ੍ਰਸ਼ਾਦ ਵੀ ਛਕ ਲੈਦੀਆਂ ਇਹ ਸਾਡੇ ਜੀਵਨ ਦੀ ਪਹਿਲੀ ਘਟਨਾ ਸੀ ਪਰ ਉਸ ਤੋਂ ਬਾਅਦ ਇਹ ਮੰਨਦੇ ਵਿੱਚ ਆ ਗਿਆ ਪ੍ਰਸ਼ਾਦ ਜਦੋਂ ਵੀ ਮਿਲਦਾ ਕਿਣਕਾ ਮਾਤਰ ਰਸਨਾ ਦੇ ਵਿੱਚ ਜ਼ਰੂਰ ਲੈਣਾ ਚਾਹੀਦਾ ਹੈਗਾ ਤਾਂ ਜੋ ਇਹ ਜਿਹੜਾ ਪ੍ਰਸ਼ਾਦ ਹੈਗਾ ਇਹ ਦੇ ਲੈਣ ਦੇ ਨਾਲ ਜਿਹੜੀ ਮੇਰੀ ਰਸਨਾ ਹੈਗੀ ਆ ਉਹ ਪਵਿੱਤਰ ਹੋ ਜਵੇ ਨਾਮ ਜਪਣ ਦੀ ਹਾਲਤੇ ਵਿੱਚ ਆਪਣੇ ਆਪ ਹੋ ਜਵੇ ਸੋ ਕਹਿਣ ਤੋਂ ਪਾਵੇ ਆ ਕਿ ਜਿੱਥੇ ਅਦ੍ਰਿਸ਼ ਸ਼ਕਤੀਆਂ ਵੀ ਇਹ ਪ੍ਰਸ਼ਾਦ ਛਕਣ ਵਾਸਤੇ ਤਰਸਦੀਆਂ ਹਨ ਅਸੀਂ ਉੱਥੇ ਪ੍ਰਸ਼ਾਦ ਦੀ ਕੀਮਤ ਨਾ ਜਾਣਦੇ ਹੋਈ ਵੀ ਆਪਣੇ ਹਿੱਸੇ ਦੇ ਵਿੱਚੋਂ ਇੱਕ ਕਿਣਕਾ ਮਾਤਰ ਲੈ ਕੇ ਬਾਕੀ ਭਾਈ ਸਾਹਿਬ ਨੂੰ ਕਹਿੰਦੇ ਆ ਕਿ ਬਸ ਅਸੀਂ ਇਤਨਾ ਹੀ ਛਕਣਾ ਹੈਗਾ ਫਿਰ ਇਹ ਪ੍ਰਸ਼ਾਦ ਦੀ ਹੀ ਨਿੰਦਾ ਹੋ ਜਾਂਦੀ ਹੈ ਦੇਖੋ ਪ੍ਰਸ਼ਾਦ ਨੂੰ ਠਕਰਾ ਦੇਣਾ ਕੋਈ ਸਿਆਣੀ ਗੱਲ ਨਹੀਂ ਹੈਗੀ ਆ ਇਹਦੇ ਵਿੱਚ ਸਮਾ ਕੇ ਸਾਡੀ ਹੌਂ ਜਗਦੀ ਆ ਕਿ ਮੈਂ ਬਹੁਤ ਘੱਟ ਪ੍ਰਸ਼ਾਦ ਲਿਆ ਹੈ ਜਿੰਨਾ ਵੀ ਪ੍ਰਸ਼ਾਦ ਬਖਸ਼ਿਸ਼ ਦੇ ਰੂਪ ਵਿੱਚ ਪ੍ਰਾਪਤ ਹੋਵੇ ਉਸ ਨੂੰ ਉਸੇ ਤਰ੍ਹਾਂ ਲੈ ਕੇ ਸਤਿਗੁਰ ਦਾ ਧੰਨਵਾਦ ਸ਼ੁਕਰੀਆ ਕਰਨਾ ਚਾਹੀਦਾ ਹੈ ਉਹਦੇ ਸ਼ੁਕਰ ਦੇ ਵਿੱਚ ਰਹਿਣਾ ਚਾਹੀਦਾ ਹੈ ਕਿਉਂਕਿ ਇੱਕ ਮਨੁੱਖਾ ਦੇਹੀ ਐਸੀ ਆ ਜਿਸ ਦੇ ਵਿੱਚ ਪਰਮੇਸ਼ਰ ਦਾ ਦਿੱਤਾ ਹੋਇਆ ਪ੍ਰਸ਼ਾਦ ਇਨਸਾਨ ਨੂੰ ਗ੍ਰਹਿਣ ਹੁੰਦਾ ਹੈ ਬਾਕੀ ਕਿਸੇ ਜੂਨਾ ਦੇ ਵਿੱਚ ਇਹ ਪ੍ਰਸ਼ਾਦ ਨਾ ਤਾਂ ਉਹਨਾਂ ਦੇ ਨਸੀਬਾਂ ਵਿੱਚ ਹੁੰਦਾ ਹੈ ਨਾ ਉਹ ਬਣਾਉਂਦੇ ਆ ਤੇ ਨਾ ਇਹਨਾਂ ਨੂੰ ਸ਼ੱਕ ਸਕਦੇ ਆ ਕੇਵਲ ਤੇ ਕੇਵਲ ਮਨੁੱਖੀ ਜੂੰਦੇ ਅੰਦਰ ਹੀ ਇਹ ਪ੍ਰਸ਼ਾਦ ਇਨਸਾਨ ਨੂੰ ਬਖਸ਼ਿਸ਼ ਦੇ ਰੂਪ ਦੇ ਵਿੱਚ ਪ੍ਰਾਪਤ ਹੁੰਦਾ ਹੈ ਅਸੀਂ ਇਹ ਵੀ ਦੇਖਦੇ ਆ ਕਿ ਬਹੁਤ ਸਾਰੇ ਬਦਰੂਹਾ ਦੇ ਰੂਪ ਦੇ ਵਿੱਚ ਇਨਸਾਨ ਬਾਦ ਦੇ ਵਿੱਚ ਬਣਿਆ ਭੂਤ ਪ੍ਰੇਤਾਂ ਦੀ ਸ਼ਕਲ ਦੇ ਵਿੱਚ ਉਹ ਵੀ ਇਸ ਪ੍ਰਸ਼ਾਦ ਦੀ ਕਿਰਪਾ ਤੋਂ ਪੂਰੀ ਤਰ੍ਹਾਂ ਵਾਕਬਵਾ ਤੋ ਵੀ ਜਾਣਦੇ ਆ ਕਿ ਇਸ ਪ੍ਰਸ਼ਾਦ ਦੇ ਛਕਣ ਦੇ ਨਾਲ ਕਿਵੇਂ ਜੀਵਨ ਦੀ ਮੁਕਤੀ ਹੋ ਜਾਂਦੀ ਆ ਉਹਨਾਂ ਦੇ ਇਸ ਸਰੀਰ ਦੇ ਵਿੱਚ ਸਦਗਤੀ ਹੋ ਜਾਂਦੀ ਆ ਤੇ ਦੂਸਰੀ ਗੱਲ ਇਹ ਆ ਕਿ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਕਿ ਜੋ ਵੀ ਪੁਰਾਣੀ ਪ੍ਰਸ਼ਾਦ ਜਿਸ ਵੀ ਭਾਵਨਾ ਦੇ ਨਾਲ ਕਰਦਾ ਹੈਗਾ ਉਸ ਦੇ ਵਿੱਚ ਅਸੀਂ ਦਖਲਅਦਾਜੀ ਨਹੀਂ ਦੇਣੀ ਚਾਹੀਦੀ ਕਿਉਂਕਿ ਕਈ ਵਾਰ ਪ੍ਰਸ਼ਾਦ ਐਸੇ ਢੰਗ ਦੇ ਨਾਲ ਇਨਸਾਨ ਕਰਦਾ ਹੈਗਾ ਕਿ ਜਿਸ ਨੂੰ ਵਾਹਿਗੁਰੂ ਵੱਲੋਂ ਪ੍ਰਵਾਨਤਾ ਨਹੀਂ ਮਿਲਦੀ ਜਿਵੇਂ ਇੱਕ ਸੱਜਣ ਦੱਸਦੇ ਸੀਗੇ ਕਿ ਇੱਕ ਵਾਰ ਜਦੋਂ ਪ੍ਰਸ਼ਾਦ ਲੈਣ ਲੱਗੇ ਸੀਗੇ ਤਾਂ ਥੱਲੇ ਇੱਕ ਪਰਚੀ ਡਿੱਗੀ ਸੀਗੇ ਕਹਿੰਦੇ ਅਸੀਂ ਉਹ ਪ੍ਰਸ਼ਾਦ ਦੀ ਡਿੱਗੀ ਪਰਚੀ ਜਿਹੜੀ ਸੀ ਥੱਲੇੋਂ ਚੱਕ ਕੇ ਉਹਦਾ ਪ੍ਰਸ਼ਾਦ ਕਰਾ ਦਿੱਤਾ ਪਰ ਜੋ ਹੀ ਅਸੀਂ ਪਰਚੀ ਚੱਕ ਕੇ ਉਹਦਾ ਪ੍ਰਸ਼ਾਦ ਕਰਾਇਆ ਸੀਗਾ ਉਸ ਤੋਂ ਬਾਅਦ ਕਹਿੰਦੇ ਵੀ ਸਾਨੂੰ ਕਿਸੇ ਚੀਜ਼ ਨੇ ਆਪਣੀ ਜਕੜ ਦੇ ਵਿੱਚ ਲੈ ਲਿਆ ਸੀਗਾ ਇੰਨੀ ਪਾੜੀ ਜਕੜ ਦੇ ਵਿੱਚ ਲੈ ਲੈ ਆ ਸੀਗਾ ਕਿ ਸਾਨੂੰ ਸਮਝ ਨਹੀਂ ਆਈ ਵੀ ਮੇਰੇ ਨਾਲ ਹੋ ਕੀ ਗਿਆ ਹੈ ਪਰ ਕਿਸੇ ਮਹਾਤਮਾ ਨੂੰ ਪੁੱਛਣ ਤੋਂ ਬਾਅਦ ਕਿ ਉਹ ਉਸ ਮਹਾਤਮਾ ਨੇ ਦੱਸਿਆ ਸੀਗਾ ਕਿ ਤੈਂ ਬਹੁਤ ਗਲਤੀ ਕੀਤੀ ਆ ਇਹ ਪ੍ਰਸ਼ਾਦ ਜਿਸ ਵੀ ਪ੍ਰਾਣੀ ਨੇ ਪਰਚੀ ਦੇ ਰੂਪ ਵਿੱਚ ਲੈਣਾ ਚਾਹਿਆ ਸੀਗਾ ਤੇ ਜਿਸ ਪ੍ਰਤੀ ਉਹਨੇ ਪ੍ਰਸ਼ਾਦ ਕਰੋਣਾ ਸੀਗਾ ਇਹ ਪ੍ਰਸ਼ਾਦ ਉਸ ਚੀਜ਼ ਨੇ ਮਨਜ਼ੂਰ ਨਹੀਂ ਕੀਤਾ ਇਸੇ ਕਰਕੇ ਉਹਦੀ ਪ੍ਰਸ਼ਾਦ ਦੀ ਪਰਚੀ ਗੁੰਮ ਹੋ ਗਈ ਆ ਪਰ ਤੈਂ ਇਹ ਪ੍ਰਸ਼ਾਦ ਪਰਚੀ ਤੇ ਲੈ ਕੇ ਉਸ ਚੀਜ਼ ਦਾ ਜਿਹਦੇ ਪ੍ਰਤੀ ਪ੍ਰਸ਼ਾਸਕਾ ਉਹਦਾ ਤ੍ਰਸਕਾਰ ਕੀਤਾ ਇਸੇ ਕਰਕੇ ਉਸ ਚੀਜ਼ ਨੇ ਤੈਨੂੰ ਆਪਣੀ ਪਕੜ ਲਪੇਟ ਦੇ ਵਿੱਚ ਲੈ ਲਿਆ ਹੈ ਸੋਸ ਤੋਂ ਬਾਅਦ ਫਿਰ ਉਹ ਦੱਸਦੇ ਸੀ ਕਿ ਬਹੁਤ ਹੀ ਜਤਨਾਂ ਦੇ ਬਾਅਦ ਫਿਰ ਮੇਰਾ ਉਸ ਰੂਹ ਤੋਂ ਬੰਧ ਖਲਾਸੀ ਹੋਈ ਸੀ ਜਿਹਦੇ ਪ੍ਰਤੀ ਪ੍ਰਸ਼ਾਦ ਸੀਗਾ ਇਸੇ ਤਰ੍ਹਾਂ ਅਪਨ ਦੇਖਦੇ ਹਾਂ ਕਿ ਪ੍ਰਸ਼ਾਦ ਕਈ ਵਾਰੀ ਸਾਨੂੰ ਮਹਾਂਪੁਰਖ ਵੀ ਆਖ ਦਿੰਦੇ ਆ ਕਿ ਭਾਈ ਆਹ ਪ੍ਰਸ਼ਾਦ ਨਾ ਖਾਓ ਉਹਦਾ ਕਾਰਨ ਇਹ ਹੁੰਦਾ ਕਿ ਉਹਦੇ ਪਿੱਛੇ ਜਿਹੜੀ ਭਾਵਨਾ ਛੁਪੀ ਹੁੰਦੀ ਉਹ ਪ੍ਰਸ਼ਾਦ ਦੀ ਨਹੀਂ ਹੁੰਦੀ ਉਹ ਕਿਸੇ ਸਵਾਰਥ ਦੀ ਹੁੰਦੀ ਆ ਯੇ ਮੈਂ ਅਸੀਂ ਦੇਖਦੇ ਆ ਕਿ ਇੱਕ ਵਾਰ ਸੰਤ ਬਾਬਾ ਨਨ ਸੋਨੇ ਦੇ ਟਾਈਮ ਇੱਕ ਮਾਈ ਜਿਹਦਾ ਲੜਕਾ ਬੜਾ ਬਿਮਾਰ ਸੀ ਉਹ ਖੀਰ ਦਾ ਪ੍ਰਸ਼ਾਦ ਲੈ ਕੇ ਆਈ ਸੀ ਜਦ ਪ੍ਰਸ਼ਾਦ ਲੈ ਕੇ ਇਸ ਤੇ ਮਹਾਂਪੁਰਖਾਂ ਨੇ ਇਹ ਕਹਿ ਕੇ ਪ੍ਰਸ਼ਾਦ ਬਾਹਰ ਖਾਤਾ ਸੇਗਾ ਭਾਈ ਇਹ ਸੰਖਿਆ ਹੈਗਾ ਸੰਗਤ ਚ ਨਹੀਂ ਬਤਾਇਆ ਜਾ ਸਕਦਾ ਪਰ ਦੇਖੋ ਉਸ ਮਾਈ ਦਾ ਪ੍ਰੇਮ ਉਹ ਮਾਈ ਪ੍ਰਸ਼ਾਦ ਖੀਰ ਲੈ ਕੇ ਬਾਹਰ ਹੀ ਖੜੀ ਰਹੀ ਉਹ ਤੋਂ ਗਰਮੀ ਬਹੁਤ ਸੀ ਜਦ ਗਰਮੀ ਬਹੁਤ ਸੀ ਉਸੇ ਤਰ੍ਹਾਂ ਖੜੀ ਕੇ ਘਰ ਨਹੀਂ ਗਈ ਅਖੀਰ ਫੇ ਉਹ ਮਾਈ ਚੱਕਰ ਖਾ ਕੇ ਥੱਲੇ ਡਿੱਗੀ ਤੇ ਬਹੁਤ ਸਾਰੀ ਸੰਗਤ ਜਦ ਇਕੱਠੀ ਹੋਈ ਆ ਫੇਰ ਬਾਬਾ ਨਨ ਸੁਣੀ ਬਾਹਰ ਨੂੰ ਪੁੱਛਾ ਵੀ ਕੀ ਗੱਲ ਸੰਗਤ ਇੱਥੇ ਇਕੱਠੀ ਹੋਈ ਤੇ ਫੇਰ ਸੰਗਤ ਨੇ ਦੱਸਿਆ ਸੀ ਮਾਪੁਰਖੋ ਜਿਹੜੀ ਬੀਬੀ ਸਵੇਰੇ ਖੀਰ ਦਾ ਪ੍ਰਸ਼ਾਦ ਲੈ ਕੇ ਆਈ ਸੀ ਤੇ ਉਹ ਗਈ ਨਹੀਂ ਉਸ ਪੂਰਾ ਦਿਨੇ ਇੱਥੇ ਖੜੀ ਰਹੀ ਆ ਤੇ ਫੇਰ ਗਰਮੀ ਕਰਕੇ ਉਹ ਚੱਕਰ ਖਾ ਕੇ ਥੱਲੇ ਡਿੱਗ ਪਈ ਆ ਜਾ ਦੇੰਨੀਆਂ ਗੱਲਾਂ ਹੋਈ ਤਾਂ ਫੇਰ ਦੇਖੋ ਬਾਬਾ ਨੰਸ ਹੁਣ ਉਸ ਬੀਬੀ ਤੇ ਤਰਸ ਆ ਗਿਆ ਸੀ ਫੇਰ ਕਹਿਣ ਲੱਗੇ ਚਲੋ ਠੀਕ ਆ ਉਸ ਦਾ ਪ੍ਰਸ਼ਾਦ ਤੁਸੀਂ ਹੁਣ ਲਾਓ ਤੇ ਸਾਰੀ ਸੰਗ ਥੋੜਾ ਥੋੜਾ ਕਰਕੇ ਛਕ ਲੋ ਜਦ ਥੋੜਾ ਥੋੜਾ ਕਰਕੇ ਸਾਰਾ ਪ੍ਰਸ਼ਾਦ ਛਕਿਆ ਗਿਆ ਤਾਂ ਉਹ ਬੀਬੀ ਨੂੰ ਫੇਰ ਜਿਹੜੀ ਜਦ ਸੁਰਤ ਆਈ ਆ ਤੇ ਮਹਾਂਪੁਰਖ ਨੇ ਕਿਹਾ ਜਾ ਬੀਬੀ ਹੁਣ ਤੂੰ ਘਰ ਚਲੀ ਜਾ ਜਦ ਘਰ ਗਈ ਸੀ ਤਾਂ ਉਹਦਾ ਲੜਕਾ ਜਿਹੜਾ ਪੂਰੀ ਤਰ੍ਹਾਂ ਬਿਮਾਰ ਸੀ ਉੱਠ ਨਹੀਂ ਸਕਦਾ ਉਹ ਕਰ ਖੇਲਦਾ ਪਿਆ ਸੀਗਾ ਸੋ ਇਸ ਤਰ੍ਹਾਂ ਨਾ ਇੱਕ ਨੀ ਅਨੇਕਾਂ ਜਿਹੜੀਆਂ ਹਨ ਸਾਨੂੰ ਪ੍ਰਮਾਣ ਜਿਹੜੇ ਆ ਉਹ ਮਿਲ ਜਾਂਦੇ ਆ ਜਿਵੇਂ ਇੱਕ ਵਾਰ ਸੰਤ ਬਾਬਾ ਈਸ਼ਰ ਸਿੰਘ ਦੇ ਟਾਈਮ ਇੱਕ ਬੀਬੀ ਜਦ ਖੀਰ ਦਾ ਪ੍ਰਸ਼ਾਦ ਲੈ ਕੇ ਆਈ ਸੀ ਤਾਂ ਬਾਬਾ ਈਸ਼ਰ ਸਿੰਘ ਹੁਣਾਂ ਨੇ ਉਹ ਹੀ ਪ੍ਰਸ਼ਾਦ ਜਿਹੜਾ ਲੰਗਰ 'ਚ ਰੱਖਿਆ ਸੀਗਾ ਉਹ ਬੋਲਟੀਆਂ ਬਾਹਰ ਖਾਤੀਆਂ ਸੀਗੀਆਂ ਤੇ ਸੰਗਤ ਨੇ ਪੁੱਛਿਆ ਸੀ ਕਿ ਮਹਾਂਪੁਰਖ ਖੀਰ ਦਾ ਪ੍ਰਸ਼ਾਦ ਤੁਸੀਂ ਬਾਹਰ ਖਾਤਾ ਤੇ ਬਾਬਾ ਜੀ ਕਹਿਣ ਲੱਗੇ ਕਿ ਪ੍ਰਸ਼ਾਦ ਨਹੀਂ ਇਹ ਸੰਖਿਆ ਹੈ ਉਸ ਤੋਂ ਬਾਅਦ ਫੇਰ ਦੇਖੋ ਪ੍ਰਸ਼ਾਦ ਜਿਹੜਾ ਸੀਗਾ ਬਾਹਰ ਇੱਕ ਜਗ੍ਹਾ ਮਾਹਪੁਰ ਖਾਨ ਨੇ ਤਾਂ ਉਹ ਬਾਟੀਆਂ ਖਾਲੀ ਕਰਾ ਕੇ ਥੱਲੇ ਜ਼ਮੀਨ ਦੇ ਵਿੱਚ ਦੱਬ ਦਿੱਤਾ ਸੀਗਾ ਪਰ ਦੂਸਰੀ ਵਾਰ ਜਦ ਕਰਦੇ ਫੇਰ ਪ੍ਰਸ਼ਾਦ ਲੈ ਕੇ ਮਾਹਪੁਰ ਖਾਨ ਫੇਰ ਪ੍ਰਸ਼ਾਦ ਜਿਹੜਾ ਸੀ ਬਾਹਰ ਰੱਖ ਕੇ ਜ਼ਮੀਨ 'ਚ ਦੱਬਿਆ ਜੋ ਦੋ ਤਿੰਨ ਵਾਰੀ ਉਹ ਪ੍ਰਸ਼ਾਦ ਲੈਣ ਤੋਂ ਨਾ ਕਰ ਦਿੱਤੀ ਸੀਗੀ ਉਸ ਤੋਂ ਬਾਅਦ ਉਹ ਕਰਦੇ ਜਿਹੜੇ ਸੀਗੇ ਉਹ ਬੜੇ ਨੇਮ ਦੇ ਨਾਲ ਆਉਂਦੇ ਰਹੇ ਆ ਤੇ ਜਦ ਆਉਂਦੇ ਰਹੇ ਆ ਤਾਂ ਫੇਰ ਮਾਹਪੁਰ ਖਾਨ ਨੇ ਉਹ ਪ੍ਰਸ਼ਾਦ ਲੈਉਣ ਨਾਲ ਜੋ ਬੀਬੀ ਨੂੰ ਪੁੱਛਿਆ ਸੀ ਕਿ ਦੱਸੋ ਤੁਸੀਂ ਕੀ ਚਾਹੁੰਦੀਆਂ ਫੇਰ ਉਹ ਵੀ ਬੀਬੀ ਨੇ ਕਹਿ ਸਕਿਆ ਕਿ ਸਾਡੇ ਘਰ ਦੇ ਜਿਹੜੇ ਘਰ ਵਾਲੇ ਆ ਉਹ ਕਿਸੇ ਕੇਸ ਦੇ ਵਿੱਚ ਖਾਸ ਕਰਕੇ ਜਿਹੜਾ ਕਤਲ ਕੇਸ ਹੋਇਆ ਸੀ ਉਹਦੇ ਵਿੱਚ ਜੇਲ੍ਹ ਦੇ ਵਿੱਚ ਆ ਤੇ ਸਾਨੂੰ ਲੱਗਦਾ ਖਦਸ਼ਾ ਹੈ ਕਿ ਉਹਨਾਂ ਨੂੰ ਫਾਂਸੀ ਹੋ ਜਾਊਗੀ ਅਗਰ ਫਾਂਸੀ ਹੋ ਗਈ ਤਾਂ ਫਿਰ ਮੇਰਾ ਪਰਿਵਾਰ ਮੇਰੇ ਬੱਚੇ ਛੋਟੇ ਛੋਟੇ ਆ ਫਿਰ ਸਾਡਾ ਘਰ ਦਾ ਗੁਜ਼ਾਰਾ ਕਿਵੇਂ ਹੋਵੇਗਾ ਜਦੋਂ ਉਹਨੇ ਆਪਣੀ ਸਾਰੀ ਜਿਹੜੀ ਗੱਲਬਾਤ ਸੀ ਮਾਹਪੁਰਖੋਂ ਦੱਸੀ ਸੀ ਤਾਂ ਮਾਹਪੁਰਖਾਂ ਨੇ ਕਿਹਾ ਸੀ ਦੇਖੋ ਭਾਈ ਇਹ ਜਿਹੜਾ ਉਹਨੇ ਕਤਲ ਕੇਸ ਕੀਤਾ ਹੈਗਾ ਜਿਸ ਨੂੰ ਮਾਰ ਕੇ ਉਹਨੇ ਇਹ ਕੰਮ ਕੀਤਾ ਹੈਗਾ ਉਹ ਉਹਦੇ ਵਾਸਤੇ ਚੰਗਾ ਨਹੀਂ ਆ ਕਿਉਂਕਿ ਜਿਹਨੂੰ ਮਾਰਿਆ ਉਹਦੇ ਵੀ ਬੱਚੇ ਛੋਟੇ-ਛੋਟੇ ਸੀ ਉਹ ਵੀ ਤਾਂ ਵਿਧਵਾ ਹੋ ਗਈ ਸੀ ਜਦ ਮਾਹਪੁਰਖਾਂ ਨੇ ਉਹਨਾਂ ਨੇ ਇਸ ਤਰ੍ਹਾਂ ਕਿਹਾ ਸੀ ਫਿਰ ਬੀਬੀ ਨੂੰ ਕੋਈ ਜਵਾਬ ਨਹੀਂ ਸੀ ਆਇਆ ਪਰ ਹੁਣ ਫਿਰ ਬੀਬੀ ਨੇ ਦੁਬਾਰਾ ਜਿਹੜੀ ਸੀ ਮਾਹਪੁਰਖਾਂ ਦੇ ਤਰਲੇ ਮੈਂਦ ਕੀਤੀ ਕਿ ਆ ਕਿ ਉਹ ਤਾਂ ਬੀਬੀ ਹੁਣ ਵਿਧਵਾ ਹੋ ਗਈ ਆ ਸਾਡੇ ਪਾਸ ਤਾਂ ਹਜੇ ਸਾਡੇ ਪਤੀ ਜੇਲ੍ਹ 'ਚ ਆ ਅਗਰ ਅਸੀਂ ਵੀ ਵਿਧਵਾ ਹੋ ਗਈਆਂ ਤੇ ਫਿਰ ਸਾਡੇ ਬੱਚੇ ਵੀ ਰੋਲ ਜਾਣਗੇ ਜਦ ਇਹ ਗੱਲ ਹੋਈ ਸੀ ਫਿਰ ਮਾਹਪੁਰਖਾਂ ਨੇ ਕਿਹਾ ਅਸੀਂ ਚਲੋ ਠੀਕ ਆ ਤੇ ਫਿਰ ਉਹਨਾਂ ਦਾ ਪ੍ਰਸ਼ਾਦ ਜਿਹੜਾ ਸੀਗਾ ਖੀਰ ਦਾ ਉਹ ਸੰਗਤ ਦੇ ਵਿੱਚ ਵਰਤਾਇਆ ਸੀ ਜਾਂ ਸੰਗਤ 'ਚ ਵਰਤਾਇਆ ਸੀ ਉਸ ਤੋਂ ਬਾਅਦ ਉਹ ਦੋਨੇ ਜਾਣੇ ਜਿਹੜੇ ਜੇਲ੍ਹ ਦੇ ਵਿੱਚ ਸਗੇ ਉਹ ਵਰੀ ਹੋ ਗਏ ਸੀ ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਪ੍ਰਸ਼ਾਦ ਦੇ ਜਿਹੜੀ ਮਹਿਮਾ ਹੈਗੀ ਆ ਉਹ ਬੜੀ ਆਗਾਦ ਬੋਧ ਹੈਗੀ ਆ ਇਸ ਕਰਕੇ ਜਿਹੜਾ ਪ੍ਰਸ਼ਾਦ ਗੁਰੂ ਕਿਰਪਾ ਦੇ ਰਾਹੀਂ ਸ੍ਰੀ ਸਾਹਿਬ ਦੇ ਦੁਆਰਾ ਭੋਗ ਲੱਗਿਆ ਜਿਹੜਾ ਉਹ ਸਾਨੂੰ ਬਖਸ਼ਿਸ਼ ਦੇ ਰੂਪ ਵਿੱਚ ਮਿਲ ਜਾਂਦਾ ਉਸ ਨੂੰ ਆਵਾਜ ਸਵੀਕਾਰ ਕਰਨਾ ਚਾਹੀਦਾ ਇਹਦੇ ਵਿੱਚ ਸਾਡੀ ਖੁਸ਼ੀ ਸਾਡੀ ਭਲਾਈ ਆ ਪਰ ਕਈ ਵਾਰੀ ਅਸੀਂ ਜਿਹੜੇ ਹਾਂ ਉਹ ਜਿੰਦਗੀ ਵਿੱਚ ਕੁਝ ਐਸੇ ਸੱਜਣ ਵੀ ਦੇਖਦੇ ਹਾਂ ਜਿਨ੍ਹਾਂ ਦੇ ਮਨ ਦੇ ਵਿੱਚ ਪਤਾ ਨਹੀਂ ਕੋਈ ਕਿਹੜੀ ਐਸੀ ਗੱਲ ਹੈਗੀ ਆ ਕਿ ਉਹ ਸ੍ਰੀ ਸਾਹਿਬ ਦਾ ਲੱਗਾ ਵੀ ਪ੍ਰਸ਼ਾਦ ਜਿਹੜੇ ਹਨ ਉਹ ਸਾਥ ਸੰਗਤ ਦੇ ਵਿੱਚ ਵਰਤੋਂਦੇ ਉਹ ਕਬੂਲ ਨਹੀਂ ਕਰਦੇ ਹੈ ਇਹ ਤਾਂ ਕੋਈ ਸਮਝ ਨਹੀਂ ਆਉਂਦੀ ਕੋਈ ਇਸ ਤਰ੍ਹਾਂ ਕਿਉਂ ਕਰਦੇ ਆ ਪਰ ਜੇ ਦਾ ਪ੍ਰਸ਼ਾਦ ਸ੍ਰੀ ਸਾਹਿਬ ਨੂੰ ਲੱਗ ਕੇ ਵਾਹਿਗੁਰੂ ਦੇ ਪ੍ਰਤੀ ਭੋਗ ਲੱਗਿਆ ਹੋਇਆ ਹੋਵੇ ਉਸ ਪ੍ਰਸ਼ਾਦ ਨੂੰ ਤਾਂ ਜ਼ਰੂਰ ਗ੍ਰਹਿਣ ਕਰਨਾ ਚਾਹੀਦਾ ਅਸੀਂ ਤਾਂ ਇੱਥੋਂ ਤੱਕ ਵੀ ਜਿਹੜਾ ਉਹ ਮਹਾਪੁਰਖਾਂ ਦੇ ਵਰਤੀ ਦੇਖਿਆ ਹੈ ਕਿ ਉਹਨਾਂ ਨੇ ਉਸ ਪ੍ਰਸ਼ਾਦ ਦੇ ਪਿਛੇ ਭਾਵਨਾ ਦੇਖੀ ਆ ਪ੍ਰੇਮ ਦੇਖਿਆ ਸਤਿਕਾਰ ਦੇਖਿਆ ਹੈ ਜਿਵੇਂ ਕ੍ਰਿਸ਼ਨ ਭਗਵਾਨ ਨੇ ਜਿਹੜੇ ਆ ਉਹ ਕੇਲੇ ਦੀ ਜਗ੍ਹਾ ਝੂਠੇ ਛੇਲੇ ਖਾ ਲਏ ਤਾਂ ਰਾਮਚੰਦਰ ਨੇ ਭੀਲਣੀ ਦੇ ਝੂਠੇ ਵੇਰ ਖਾ ਲਏ ਇਹ ਸਾਰੀ ਭਾਵਨਾ ਦੀ ਖੇਡ ਹੈਗੀ ਆ ਸੋ ਜਿਹਦੇ ਅੰਦਰ ਪ੍ਰੇਮ ਪ੍ਰੀਤ ਪ੍ਰੀਤ ਹੈਗੀ ਆ ਪ੍ਰਤੀਤ ਹੈਗੀ ਆ ਫਿਰ ਉਸ ਦਾ ਪ੍ਰੇਮ ਵਰਕਰ ਆ ਰਹੇ ਉਸ ਦੇ ਪ੍ਰੇਮ ਨੂੰ ਠੇਸ ਨਾ ਲੱਗੇ ਉਹਦਾ ਦਿਲ ਨਾ ਦੁਖੇ ਇਸੇ ਕਰਕੇ ਪਾਈ ਜਾਤ ਪਾਤ ਕਿਸੇ ਵਿੱਚੀ ਤੋਂ ਉੱਪਰ ਉੱਠ ਕੇ ਆਪਣੇ ਆਪ ਨੂੰ ਨਿਮਾਨੇ ਨਿਤਾੜੇ ਸਮਝ ਕੇ ਇਹ ਪ੍ਰਸ਼ਾਦ ਜਿਹੜਾ ਛਕਣਾ ਚਾਹੀਦਾ ਹੈ ਤੇ ਜਦੋਂ ਅਸੀਂ ਇਹ ਫਿਰ ਪ੍ਰਸ਼ਾਦ ਛਕਾਂਗੇ ਫਿਰ ਗੁਰੂ ਦੀ ਕਿਰਪਾ ਸਾਡੇ ਤੇ ਹਮੇਸ਼ਾ ਬਣੀਗੀ ਤੇ ਸਾਡਾ ਫਿਰ ਜਿਹੜਾ ਹੈ ਨਾ ਮਾਨ ਸੰਮਾਨ ਲੋਕ ਤੇ ਪਰਲੋਕ ਦੇ ਵਿੱਚ ਬਣਿਆ ਰਹੇਗਾ ਸੋ 10 ਇਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਆਜਾਤਕਵਾ ਜੀ ਹੋਇਆ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ